ਪੁੱਤ ਜੱਟ ਤੇ ਪਾਪਾ ਐਸੀ ਸ਼ਾਇਦ ਇਦਾਂ ਦਾ ਕੁਝ ਕਰਕੇ ਮੈਨੂੰ ਲੱਗਦਾ ਰਣਜੀਤ ਕਿਵੇਂ ਸੀ ਉਹ ਦੱਸ ਰਿਹਾ ਸੀ ਕਿ ਆਪਾਂ ਨੂੰ ਸ਼ਹਿਰ ਬਠਿੰਡੇ ਪਏ ਸੀ ਹਾਂ ਪੁੱਤ ਜੱਟ ਤੇ ਪਾਪਾ ਐਸੀ ਸ਼ਾਇਦ ਬਾਬੀਆ ਬੋਲੇ ਨਾ ਵੀ ਉਹ ਇਦਾਂ ਦੇ ਇਹ ਤਾਂ ਗੱਲ ਉਹ ਅਵਤਾਰ ਸਿੰਘ ਸੋਤਾ ਵੀ ਮੰਨਦਾ ਉਹ ਕਹਿੰਦਾ ਸਾਡੇ ਬੰਦੇ ਪੜ੍ਹੇ ਲਿਖੇ ਨਹੀਂ ਸੀ ਅਸੀਂ ਕੋਟੇ ਵਾਲੇ ਪੁੱਤ ਜੱਟ ਤੇ ਪਾਪਾ ਐਸੀ ਸ਼ਾਇਦ ਇਦਾਂ ਦਾ ਕੁਛ ਕਰਕੇ ਮੈਨੂੰ ਲੱਗਦਾ ਰਣਜੀਤ ਕਿਵੇਂ ਸੀ ਉਹ ਦੱਸ ਰਿਹਾ ਸੀ ਕਿ ਆਪਾਂ ਨੂੰ ਸ਼ਹਿਰ ਬਠਿੰਡੇ ਪਏ ਸੀ ਹਾਂ ਪੁੱਤ ਜੱਟ ਤੇ ਪਾਪਾ ਐਸੀ ਸ਼ਾਇਦ ਬਾਬੀਆ ਬੋਲੇ ਨਾ ਵੀ ਉਹ ਇਦਾਂ ਦੇ ਜਗਮੀਤ ਇੱਕ ਚੀਜ਼ ਹੋਰ ਸੀ ਇਹਦੇ ਚ ਜਿਵੇਂ ਉਹ ਇਹਦੇ ਵੀ ਕਲੈਰੀਕਲ ਮਿਸਟੇਕ ਵਾਲੀ ਗੱਲ ਹੈ ਮੈਂ ਜਦੋਂ ਇਸ ਕੰਮ ਦੇ ਵਿੱਚ ਮਾਹਰ ਬੰਦਿਆਂ ਨਾਲ ਗੱਲਬਾਤ ਕੀਤੀ ਆ ਹਨਾ ਉਹਨਾਂ ਨੂੰ ਪੁੱਛਿਆ ਵੀ ਜਦੋਂ ਇਸ ਤਰ੍ਹਾਂ ਦੀਆਂ ਜਦੋਂ ਲਿਸਟਾਂ ਬਣਦੀਆਂ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਹੋ ਕੇ ਆਉਂਦੀਆਂ ਉੱਥੇ ਬਾਈ 99.9% ਵੀ ਚਾਂਸ ਨਹੀਂ ਵੀ ਕੋਈ ਕਲੈਰੀਕਲ ਮਿਸਟੇਕ ਹੋ ਕੇ ਆਊਗੀ ਜਿਹੜੀ ਉਹ ਜੋਬ ਲਿਸਟ ਆਉਣੀ ਹੈ ਜਿਹੜੀ ਉਹ ਪ੍ਰਿੰਟਿੰਗ ਲਿਸਟ ਆ ਨਾ ਜਿਹੜੀ ਪ੍ਰਿੰਟ ਪ੍ਰੈਸ ਨੂੰ ਦੇਣਾ ਇਹਨਾਂ ਨੇ ਉਹ ਸਰਕਾਰ ਦੀ ਆਥੋਰਾਈਜ਼ ਹੁੰਦੀ ਹੈ ਇੱਕ ਗੱਲ ਤਾਂ ਕਲੀਅਰ ਆ ਇੱਕ ਗੱਲ ਤਾਂ ਕਲੀਅਰ ਹੈ ਕਿ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਜਿਹੜੇ ਆ ਉਹ ਇਦਾਂ ਲੱਗ ਲੁੱਗ ਗਏ ਆ ਇਹ ਤਾਂ ਗੱਲ ਉਹ ਅਵਤਾਰ ਸਿੰਘ ਸੋਤਾ ਵੀ ਮੰਨਦਾ ਉਹ ਕਹਿੰਦਾ ਸਾਡੇ ਬੰਦੇ ਪੜ੍ਹੇ ਲਿਖੇ ਨਹੀਂ ਸੀ ਅਸੀਂ ਕੋਟੇ ਵਾਲੇ ਹੁਣ ਜੇ ਮੈਥ ਦੀ ਪੋਸਟ ਆ ਗਈ ਉਹ ਕਹਿੰਦਾ ਕਿ ਮੈਥ ਦੀ ਪੋਸਟ ਪੜ੍ਹਨ ਲਈ ਸਾਡੇ ਗਰੀਬ ਪਰਿਵਾਰ ਦਾ ਕੋਈ ਬੰਦਾ ਪੜ੍ਹ ਕੇ ਕੋਰਸ ਹੀ ਨਹੀਂ ਕੀਤਾ ਜਿਹੜਾ ਮੈਥ ਪੜ੍ਹਾ ਲਈ ਪੰਜਾਬੀ ਵਾਲੇ ਦੇ ਆ ਨੋਰਮਲ ਸਬਜੈਕਟਾਂ ਵਾਲੇ ਹੈਗੇ ਸੀ ਉਹ ਮੈਥ ਵਾਲੇ ਬੰਦੇ ਲੱਭ ਨਹੀਂ ਰਹੇ ਪੂਰੇ ਨਹੀਂ ਹੋ ਰਹੇ ਫਿਰ ਉਹਨੇ ਬੰਦੇ ਨੇ ਵੇਖਿਆ ਉਹ ਬੰਦਾ ਜਿਹੜਾ ਚਲਾਕ ਬੰਦਾ ਦਿਮਾਗ ਹਨਾ ਉਹਦਾ ਹੋਊਗਾ ਜਿਵੇਂ ਬਾਂਦਰ ਨੇ ਰੋਟੀ ਵੰਡ ਕੇ ਦੇਣ ਵਾਲੀ ਗੱਲ ਆ ਉਹ ਕਹਿੰਦਾ ਵੀ ਜੋ ਚਲਾਕ ਹੋਊਗਾ ਇਹ ਗੱਲ ਸੋਚੂਗਾ ਯਾਰ ਵੀ ਇੱਥੇ ਇਹ ਸੀਟ ਤਾਂ ਖਾਲੀ ਹੋਈ ਰਹਿ ਜਾਣੀ ਹੈ ਇੱਥੇ ਬਾਹਰਲੇ ਸੂਬੇ ਦਾ ਆ ਕੇ ਲੱਗੂਗਾ ਕਿਉਂ ਨਾ ਮੈਂ ਇਹ ਉਲਟਾ ਪੁਲਟੀ ਕਰਕੇ ਸਰਟੀਫਿਕੇਟ ਬਣਾ ਕੇ ਦੇ ਵਿੱਚ ਵੜ ਜਾ ਉਹ ਤੋਂ ਐਂ ਹੋ ਗਿਆ ਹੋਇਆ ਤਕਰੀਬਨ ਆਇਆ ਬੰਦੇ ਉਹਨਾਂ ਦੇ ਵੀ ਕੋਈ ਨਹੀਂ ਹੈਗੇ ਸੀ ਉਦੋਂ ਮਤਲਬ ਕਾਬਲ ਹੋਣ ਇਹਦੇ 'ਚ ਹੱਕ ਕਿਸੇ ਦਾ ਮਾਰਿਆ ਤਾਂ ਨਹੀਂ ਗਿਆ ਪਰ ਇਹਨਾਂ ਸੀ ਕੋਈ ਨਾ ਕੋਈ ਉੱਥੇ ਆ ਸਕਦਾ ਸੀ